ਭਾਰਤ ਨੇ ਚੱਕਰਵਾਤ ਯਾਗੀ ਨੂੰ ਪ੍ਰਭਾਵਿਤ ਲੋਕਾਂ ਨਾਲ ਇੱਕਜੁੱਟਤਾ ਦਿਖਾਉਣ ਦੇ ਲਈ ਮਿਆਂਮਾਰ, ਵੀਅਤਨਾਮ ਅਤੇ ਲਾਓਸ ਨੂੰ ਮਨੁੱਖੀ ਸਹਾਇਤਾ ਭੇਜੀ ਹੈ। ਵਿਦੇਸ਼ ਮੰਤਰੀ ਡਾਕਟਰ ਸੁਬਰਮਨੀਅਮ ਜੈਸ਼ੰਕਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਹੈ ਕਿ INS ਸਤਪੁਰਾ ਜਹਾਜ਼ 10 ਟਨ ਰਾਹਤ ਸਮੱਗਰੀ ਲੈ ਕੇ ਮਿਆਂਮਾਰ ਲਈ ਰਵਾਨਾ ਹੋਇਆ। ਇਸ ਸਮੱਗਰੀ ਵਿੱਚ ਸੁੱਕਾ ਰਾਸ਼ਨ, ਕੱਪੜੇ ਅਤੇ ਦਵਾਈਆਂ ਸ਼ਾਮਲ ਨੇ। ਭਾਰਤੀ ਹਵਾਈ ਸੈਨਾ ਨੇ ਹੜ੍ਹ ਪ੍ਰਭਾਵਿਤ ਵੀਅਤਨਾਮ ਅਤੇ ਲਾਓਸ ਨੂੰ ਮਾਨਵਤਾਵਾਦੀ ਸਹਾਇਤਾ ਅਤੇ ਆਫਤ ਰਾਹਤ ਪ੍ਰਦਾਨ ਕਰਨ ਲਈ C-17 ਗਲੋਬ ਮਾਸਟਰ ਜਹਾਜ਼ ਤੈਨਾਤ ਕੀਤੇ ਨੇ। ਵੀਅਤਨਾਮ ਨੂੰ 35 ਟਨ ਰਾਹਤ ਸਮੱਗਰੀ ਭੇਜੀ ਗਈ ਹੈ, ਜਿਸ ਵਿੱਚ ਪਾਣੀ ਨੂੰ ਸਾਫ਼ ਕਰਨ ਵਾਲੀਆਂ ਮਸ਼ੀਨਾਂ, ਪਾਣੀ ਸੰਭਾਲਣ ਅਤੇ ਬੋਤਲਾਂ ਅਤੇ ਪੀਪੇ, ਛੱਤ 'ਤੇ ਲਗਾਉਣ ਵਾਲੇ ਸੋਲਰ ਪੈਨਲ ਅਤੇ ਰਸੋਈ ਵਰਤੋਂ ਦੀਆਂ ਚੀਜ਼ਾਂ ਸ਼ਾਮਲ ਨੇ। ਇਸੇ ਤਰ੍ਹਾਂ ਜਨਰੇਟਰ ਸੈੱਟ, ਪਾਣੀ ਸ਼ੁੱਧ ਕਰਨ ਵਾਲੀਆਂ ਵਸਤੂਆਂ, ਸਫਾਈ ਦੀਆਂ ਵਸਤੂਆਂ, ਮੱਛਰਦਾਨੀ, ਕੰਬਲ ਅਤੇ ਸੌਣ ਵਾਲੇ ਬਿਸਤਰੇ ਲਾਓਸ ਨੂੰ ਭੇਜੇ ਗਏ ਨੇ। ਇਹਨਾਂ ਦਾ ਕੁੱਲ ਵਜ਼ਨ 10 ਟਨ ਹੈ। ਇਸ ਜਹਾਜ਼ ਨੇ ਹਿਡਨ ਏਅਰਫੋਰਸ ਬੇਸ ਤੋਂ ਉਡਾਨ ਭਰੀ।